ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਨੀਲਮ ਕੁਇਨ ਪ੍ਰਾਈਮ ਹਾਸਿਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜਦੋਂ ਤੱਕ ਸਾਡੇ ਗੈਸਟ ਆਉਂਦੇ ਨੇ ਮੈਂ ਤੁਹਾਨੂੰ ਯਾਦ ਕਰਵਾ ਦਿੰਦੀ ਹਾਂ ਤੁਸੀਂ ਜਿੱਥੋਂ ਜਿੱਥੋਂ ਵੀ ਪ੍ਰੋਗਰਾਮ ਨੂੰ ਦੇਖਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਲੋਕੇਸ਼ਨ ਦੇ ਬਾਰੇ ਅਸੀਂ ਇਸ ਵੇਲੇ ਚੰਡੀਗੜ੍ਹ ਤੋਂ ਬੋਲ ਰਹੇ ਹਾਂ ਕਰੀਏ ਸਟੂਡੀਓ ਦੇ ਵਿੱਚ ਤੇ बहुत वधिया पर तुसी इधर किद्दां आ गए ताडी कोई आना मैनू पता सी अमन कट्टर साहब आए ने हां मैं अपनी दशहरा कमेटी का प्रधान बन गया अच्छा अच्छा बधाइयां फिर तो बहुत ले परची कटाने आया ਸਾਡੇ ਕੋਲ 31,000 ਦੀ ਪਰਚੀ ਕੱਢੀ ਕੱਢਣੀ ਕੱਢੀ 31,000 ਕੈਨੇਡਾ ਦੀ ਪਾਲਟੀ ਆਇਆ ਮੈਂ ਨਹੀਂ ਪਰ ਕੈਨੇਡਾ ਚ ਗ੍ਰਾਈ ਕੋਈ ਨਹੀਂ ਕੱਟੀ ਸਾਡੇ ਨਾਲ ਦੀ ਕੱਟਾਂ ਕਿ ਅਮਨ ਕਟਕਟ ਸਾਹਿਬ ਦੀ ਨਾਲ ਦੀ ਕੱਟਾਂ ਕਿ ਪਰਮਿਸ਼ਨ ਦੀ ਕੱਟਾਂ 31,000 ਤੱਕ ਕੱਟ ਨਹੀਂ ਲੈਣਾ ਆਪਾਂ ਦੁਸਹਿਰਾ ਕਰਾਈਦਾ ਬਹੁਤ ਧੂਮ ਧਾਮ ਨਾਲ ਕਰਾਈਦਾ ਹਰ ਸਾਲ ਕਰਾਈਦਾ ਨਹੀਂ ਸਾਲ ਤਾਂ ਹੋਗੀ ਨਹੀਂ ਨਹੀਂ ਉਹ ਤਾਂ ਤੁਸੀਂ ਆਣਾ ਜ਼ਰੂਰ ਆਣਾ ਬਾਹਰ ਕੌਣ ਆਇਆ ਗੁੱਲੀ ਦਰਵਾਜ਼ਾ ਖੋਲ ਤੁਸੀਂ ਨਾਲ ਤਾਂ ਨੇ ਸਰੂਪ ਰੱਖਾ ਦੇ ਨਾਲ ਬਟਾਣਾ ਮੈਂ ਇੱਕ ਮਿੰਟ ਬਾਹਰ ਦੇਖੋ ਤੇ ਮੈਂ ਦੇਖ ਲਈ ਗੁੱਲੀ ਦਰਵਾਜ਼ਾ ਖੋਲ ਕੌਣ ਹੈ ਖੋਲੇ ਦੇਖੋ ਲਾਲਾ ਜੀ ਕੌਣ ਕੌਣ ਹੈ ਭਾਈ ਓ ਵੇਖੀ ਵੇਖੀ ਓ ਭਾਈ ਧਿਆਨ ਨਾ ਆਜੋ ਇੱਧਰ ਨੂੰ ਕਰਕੇ ਆਜੋ ਸਿੱਧਾ ਨਹੀਂ ਸਿੱਧਾ ਕਰ ਸਿੱਧਾ ਇੱਧਾ ਭਾਈ ਸਾਹਿਬ दो जी रह गए मुछले चिल्ला आ गया हां जी आ गए सारे पहुंच गया ले चार पहुंच गया इधर ले पहुंच गया डाने हैं तू ही पहुंच गए ओए पहुंच गए ओ हेलो पहुंच गए ने आ गए ले वीरे तू इत कि आ गया बैठ जाओ ओए वीरा बुराड़ियो मैं रावणिया लंकेश कह दिया मैं लंकेश रावण ओए ओ भी वीरा भी ओही बंदा है नहीं लाला जी तू से ग्राई दे ले नाल ओ बंदा आ मैं हैगा हां मतलब मैं समझे नहीं मैं असली रावण हां है रावण तेनू क्लैरिफिकेशन दे मैं रावण कहदा पर तेरी संतुष्टि ली तेरा ना रोशन लाल है जनानी तेरी दा नाम सुदेश राणी है एक बच्चे दा बाप है रावण तो हसदा ही बड़ा तुझे हसन ही नहीं दे नहीं रावण आ नवजोत सिंह सिद्धू नी हसदा ही बड़ा नीलम कुइन आ ਮੇਰੇ ਨਾਲ ਨਾ ਚਵੜਾ ਨਾ ਮਾਰੋ ਮੇਰਾ ਕੰਮ ਦੀ ਗੱਲ ਕਰੋ ਓਏ ਚਵੜਾ ਤੂੰ ਆ ਰਿਹਾ ਸਾਡੇ ਨਾਲ ਕੀ ਇੱਥੇ ਮੈਂ ਇੱਥੇ ਗ੍ਰਾਈ ਕਰਾਣਾ ਹੈ ਦਸ਼ਹਿਰੀ ਦੀ ਓ ਹੈਲੋ ਬਾਵਾਂ ਤੈਨੂੰ ਬਾਵਾਂ ਤੇ ਪਤਾ ਨਹੀਂ ਤੈਨੂੰ ਮੇਰਾ ਫਿਰ ਤੈਨੂੰ ਮੇਰਾ ਨਹੀਂ ਪਤਾ ਲਾਲਾ ਰੋਸ਼ਨ ਲਾਲ ਕਹਿੰਦੀ ਆ ਮੈਨੂੰ ਸਾਰਾ ਪਤਾ ਤੈਨੂੰ ਮੈਂ ਦੱਸਾਂ ਮੇਰੇ ਕੋਲ ਤੂੰ ਚਿੱਠੇ ਨਾ ਖਲਾਈ ਆਪਣੇ ਤੋਂ ਨਹੀਂ ਰਾਵਣ ਜੀ ਵੈਸੇ ਮੈਨੂੰ ਯਕੀਨ ਨਹੀਂ ਹੋ ਕਿਉਂਕਿ ਇੱਧਰ ਮੁੱਛਾਂ ਹੈਗੀਆਂ ਜਿੰਨੇ ਇੱਧਰ ਸਿਰ ਹੈਗੇ ਤੁਹਾਡੀ ਮੁੱਛ ਵੱਡੀ ਵਾਲੀ ਕਿੱਥੇ ਆ ਟ੍ਰਿਮ ਕਰਾਈਆਂ ਨੇ ਕਿਉਂ ਚਾਹ ਚ ਵੀ ਪੀੜੀ ਹੁੰਦੀ ਬੰਦੇ ਨੇ ਸਾਰੀ ਚਾਹ ਤੇ ਮੁੱਛਾਂ ਪੀ ਜਾਂਦੀਆਂ ਸੀ ਟ੍ਰਿਮ ਕਰਾਈ ਲੈ ਇਹਨਾਂ ਦੀਆਂ ਵਿਚਾਰਾਂ ਦੀਆਂ ਨਹੀਂ ਕਰਾਈਆਂ ਮੈਂ ਚੱਲ ਤੁਸੀਂ ਇੱਧਰ ਸਾਰੋ ਇੱਧਰ ਸਾਰੋ ਮੂੰਹ ਇੱਧਰ ਨੂੰ ਕਰਕੇ ਗੱਲ ਕਰੋ ਪਹਿਲਾਂ ਤੁਸੀਂ ਇੱਧਰਲੇ ਨਾਲ ਗੱਲ ਕਰੀਓ ਇਹ ਲਾਗੇ ਪੈਂਦਾ ਤੁਹਾਨੂੰ ਮੈਂ ਉੱਧਰਲੇ ਨਾਲ ਗਾਣੀ ਇੱਧਰ ਲਾਣਾ ਇਹਦੀ ਬੋਲੀ ਠੀਕ ਨਹੀਂ ਮੈਂ ਤਾਂ ਕਰਕੇ ਇਹਨਾਂ ਰਾਵਣ ਜੀ ਪਰ ਦੱਸੋ ਨਾ ਤੁਹਾਨੂੰ ਦਿੱਕਤ ਕੀ ਆ ਕਿਹੜੀ ਗੱਲ ਦੀ ਆ ਮੈਨੂੰ ਤੁਹਾਡੀ ਨਹੀਂ ਸਮਝ ਆਉਂਦੀ ਦਿੱਕਤ ਦੱਸੋ ਇਹ ਪੁੱਛੋ ਵੀ ਦਿੱਕਤ ਆ ਕਿਹੜੀ ਗੱਲ ਦੀ ਨਹੀਂ ਰਹੀ ਕਿਹੜੀ ਗੱਲ ਦੀ ਆਈ ਆ ਦਿੱਕਤ ਇਹ ਮੈਡਮ ਜੀ ਤੁਸੀਂ ਮੈਨੂੰ ਇਹ ਦੱਸੋ ਮੰਨ ਲਓ ਮੈਂ ਗਲਤੀ ਕੀਤੀ ਆ ਰਾਮ ਭਗਵਾਨ ਨੇ ਮੈਨੂੰ ਸਜ਼ਾ ਦੇਤੀ ਇਹ ਲੱਲੂ ਪੰਜੂ ਕੌਣ ਹੁੰਦੇ ਹਰ ਸਾਲ ਮੈਨੂੰ ਫੂਕਣ ਲੱਪੇ ਓਏ ਹੈਲੋ ਓਏ
ਪ੍ਰਧਾਨ ਸਾਹਿਬ ਨੇ ਇਧਰ ਨਹੀਂ ਗੱਲ ਕਰਨੀ ਮੈਂ ਦੱਸਦੀ ਉਹ ਪ੍ਰਧਾਨ ਹੈ ਜਿਆਦਾ ਪ੍ਰਧਾਨ ਨਾ ਬਾਹਰ ਦੇ ਮੈਂ ਦੱਸਾਂ ਦਿੱਕਤ ਦੱਸੋ ਇਹ ਮੈਂ ਕਿਰਪਾਨ ਕੱਢਾਂ ਨਹੀਂ ਮਰਜੀ ਤੁਸੀਂ ਦੇਖੋ ਸਾਰੇ ਟੱਬਰ ਨੂੰ ਮੇਰੇ ਨੂੰ ਗਰਾਊਂਡ 'ਚ ਖੜਾ ਕਰ ਲੈਣਗੇ ਲਾਗੋ ਚਾਗੋ ਪਿੰਡਾਂ ਦੀ ਸਾਰੀ ਕਤੀੜ ਸਾਧ ਲੈਣਗੇ ਹੈਂ ਉਤੋਂ ਸਿਰੇ ਦੀ ਖੱਚ ਮਲਾਉਣਗੇ ਮੇਰੇ ਤੀਰ ਮਾਰਨ ਵਾਸਤੇ ਉਹ ਯਾਰ ਮੈਂ ਲੰਕਾਪਤੀ ਰਾਵਣ ਮੇਰੇ ਕੋਈ ਇਤਿਆ ਖੱਚ ਨਹੀਂ ਹੁੰਦੇ ਵੱਡੇ ਬੰਦੇ ਹੀ ਆਉਂਦੇ ਆ ਸਿੱਕੂ ਹੁੰਦੇ ਆ ਜਿਹਨੇ ਆਪ ਨਹੀਂ ਪਿੰਡ ਦੀ ਕੋਈ ਧੀ ਭੈਣ ਜੱਡੀ ਦੀ ਉਹ ਸਾਡੇ ਤੀਰ ਮਾਰ ਦਿੰਦਾ ਕਈ ਵਾਰੀ ਤਾਂ ਤੀਰ ਤੋਂ ਪਹਿਲਾਂ ਮੈਂ ਸ਼ਰਮ ਨਾਲ ਮਰ ਜਾਂਦਾ ਵੀ ਮੈਂ ਇਹ ਤੋਂ ਤੀਰ ਖਾਣ ਲੱਗਾ ਤੁਸੀਂ ਆਪ ਦੱਸੋ ਮੈਡਮ ਜੀ ਲੰਕਾਪਤੀ ਰਾਵਣ ਐਡਾ ਤਗੜਾ ਮੇਰਾ ਰੁਤਬਾ ਇੱਕ ਕਾਉਂਸਲਰ ਮੇਰੇ ਤੀਰ ਮਾਰਦਾ ਚੰਗਾ ਲੱਗਦਾ ਉਹ ਬੰਦੇ ਦਾ ਲੈਵਲ ਹੁੰਦਾ ਮੈਡਮ ਜੀ ਕੋਈ ਪ੍ਰਾਈਮ ਮਿਨਿਸਟਰ ਮਾਰੇ ਮੈਂ ਵੀ ਆਖਾਂ ਚਲੋ ਬੰਦੇ ਨੇ ਮਾਰਿਆ ਤੀਰ ਮੁੱਖ ਮੰਤਰੀ ਤੋਂ ਮਰਾ ਦਿਓ ਚਲੋ ਭੰਤੇ ਕੋ ਮਰਾ ਦਿਓ ਹੈ ਕੋ ਲੈਵਲ ਆ ਮੇਰਾ ਮੈਡਮ ਜੀ ਦੱਸੋ ਲੈ ਕੋਈ ਨਹੀਂ ਯਾਰ ਕਿ ਮੈਂ ਮਾਰ ਲੂੰਗਾ ਅੱਜ ਰਾਤ ਸਾਰਾ ਕਮੇਟੀ ਦਾ ਪ੍ਰਧਾਨ ਮੈਂ ਤੈਨੂੰ ਮੈਂ ਤੇ ਕੁਝ ਨਹੀਂ ਉਹ ਕਹਣਾ ਆ ਬਹੁ ਗਾਲਾਂ ਕੱਢਣ ਦਿਆ ਜੀ ਕਿਹੜੇ ਵਾਲਾ ਆ ਇਧਰੋਂ ਜਿਹੜਾ ਐਂਡ ਲਾਵਾ ਆ ਦੂਜਾ ਤੇ ਬਾਹਲੀ ਗੰਦੀ ਕੱਢਿਆ ਇਧਰੋਂ ਦੂਜੇ ਨੰਬਰ ਵਾਲਾ ਸਾਨੂੰ ਤਾਂ ਸੁਣੀ ਨਹੀਂ ਕਹਿੰਦਾ ਇਹ ਤੋਂ ਵੱਡੀ ਖੱਚ ਕਿਹੜੀ ਹੋਣੀ ਦੁਨੀਆ ਦੇ ਦੱਸੋ ਮੈਂ ਕੀ ਕੀਤਾ ਹਰ ਵਾਰੀ ਦੁਸਹਿਰਾ ਕਰਾਈਦਾ 22 ਸਾਲ ਹੋ ਗਏ ਉਹ 22 ਸਾਲ ਦੂਰੋਂ ਦੇਖਣ ਆਉਂਦੇ ਲੋਕੀ ਸਾਡਾ ਦੁਸਹਿਰਾ ਪਤਾ ਮੈਨੂੰ 22 ਸਾਲਾਂ ਵਿੱਚ ਮੇਰਾ ਸਹਿਜ ਹਰ ਸਾਲ ਘਟ ਜਾਂਦਾ ਮੈਡਮ ਜੀ ਇਹਦੀ ਕੋਟੀ ਦਾ ਵਧੀ ਜਾਂਦਾ ਹੁਣੇ ਕਹਿੰਦਾ ਪਟਾਕੇ ਕੱਢ ਲੈ ਵਿੱਚੋਂ ਲੈ ਆਏ ਮੈਮ ਜੀ ਇੰਨੇ ਪਟਾਕੇ ਲਾਈ ਦੇ ਸੀ ਆ ਜਿਹੜੀ ਕਾਪੀ ਚੁੱਕੀ ਫਿਰ ਤਾਂ ਨਾ ਡੈਰੀ ਮੈਡਮ ਜੀ ਇਹ ਡਬਲ ਡਬਲ ਸੀਰੀਜ਼ ਦੀਆਂ ਕਾਪੀਆਂ ਛਪਾਉਂਦਾ ਇੱਕੋ ਸੀਰੀਜ਼ ਦੀਆਂ ਦੋ ਕਾਪੀਆਂ ਹਾਂ ਧੋਣ ਘਟ ਲਾ ਇਹ ਗਰਾਈ ਖਾਂਦਾ ਇਹ ਤਾਂ ਮੈਂ ਦੱਸਾਂ ਹਾਂ ਇਹਨੇ ਪਟਾਕੇ ਕਿੱਥੋਂ ਕੱਢੇ ਪਟਾਕੇ ਪਾਵੇ ਤੇ ਸਹੀ ਵਿੱਚ ਮੈਨੂੰ ਲੱਗਦਾ ਤੂੰ ਮੈਂ ਤੁਹਾਨੂੰ ਦੱਸਾਂ ਆਉਣ ਵਾਲੇ ਸਾਲਾਂ ਵਿੱਚ ਇਹਦਾ ਦੁਸ਼ਹਿਰਾ ਜਿਹੜਾ ਨਾ ਚੁੱਪਚਾਪ ਹੀ ਪੈ ਜਾਣੇ ਪਟਾਕੇ ਉਹਦੇ ਹੈ ਪਟਾਕੇ ਦੇ ਤੇ ਪਾਉਣੇ ਨਹੀਂ ਵਿੱਚ ਲੈ ਮੈਂ ਜੀ ਇੰਨਾ ਵੱਡੀ ਗੁੱਡੀ ਕਾਗਜ਼ ਮਿਲਿਆ ਕਿ ਰਾਮ ਨੂੰ ਨਹੀਂ ਦੇ ਉਹ ਮੇਰੀ ਗੱਲ ਸੁਣ ਜੇ ਤੂੰ ਐਡਾ ਹੀ ਮਤਲਬ ਤੁਹਾਡੀ ਅਣਖ ਜਾਗਦੀ ਆ ਜਿੱਦਾਂ ਮੈਂ ਮਤਲਬ ਹਾਰ ਚਿੰਗਾਰ ਕਰਦਾ ਵਾ ਅਸਲੀ ਕਹਿੜੇ ਪਾ ਕੇ ਫੂਕੋ ਮੈਨੂੰ ਫੂਕੋ ਉਦੋਂ ਤੀਆਂ ਦੇ ਗੁੱਡੀ ਪੇਪਰ ਨਾਲ ਸਾਰ ਦਿੰਦੇ ਹੋ ਤੁਸੀਂ ਗੁੱਡੀ ਪੇਪਰ ਮੇਰੇ ਮੂੰਹ ਨਾਲ ਲੱਗ ਮੈਂ ਦੱਸਾਂ ਮੇਰੇ ਮੂੰਹ ਨਾਲ ਲੱਗ ਤੂੰ ਮੇਰੇ ਮੂੰਹ ਨਾਲ ਲੱਗ ਤੈਨੂੰ ਮੈਂ ਦੱਸਾਂ ਮੈਂ ਕਿੱਦਾਂ ਲੱਗਣਾ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਲੱਗਾ ਉਹ ਲੱਗ ਵੀ ਨਾ ਜਾਈ ਮੇਰੀ ਗੱਲ ਸੁਣੋ ਜੇ ਇੱਕ ਇੱਕ ਗਾਲ ਵੀ ਕੱਢੀ ਨਾ ਤੇ 1 ਸਕਿੰਟ ਚ 10 ਆਉਣੀ ਆ ਮੇਰੀ ਗੱਲ ਸੁਣੋ ਗੱਲਾਂ ਮਾਰਦਾ ਤੂੰ ਇਹ ਮੈਨ ਜੀ ਗਵਾਂਡੀ ਮੁਲਕ ਤੋਂ ਆਇਆ ਹਾਂਜੀ ਗਵਾਂਡੀ ਮੁਲਕ ਤੋਂ ਗਵਾਂਡੀ ਮੁਲਕ ਹੀ ਹੋਣਾ ਮੈਨ ਜੀ ਸ਼੍ਰੀਲੰਕਾ ਤੋਂ ਉਗੜੀ ਕੋਲੇ ਪੈਂਦਾ ਵਿਦੇਸ਼ੀ ਏਜੰਟਾਂ ਮੈਨ ਜੀ ਮੈਂ ਕਹਿੰਦੇ ਮੈਂ ਨਹੀਂ ਸ਼੍ਰੀਲੰਕਾ ਤੋਂ ਇਹ ਟੀਮ ਆ ਸਕਦੀ ਵਰਲਡ ਕੱਪ ਖੇਡਣ ਮੈਂ ਨਹੀਂ ਆ ਸਕਦਾ ਪਰ ਰਾਵਣ ਆਇਆ ਮੈਨੂੰ ਤੁਸੀਂ ਕਮਾਲ ਕਰੀ ਜਾਣ ਦਿਆ ਤੂੰ ਮੈਨੂੰ ਤੁਸੀਂ ਅਸਲੀ ਲੱਗਦੇ ਹੀ ਨਹੀਂ ਉਹਨਾਂ ਦੀ ਆਵਾਜ਼ ਤਾਂ ਭਾਰੀ ਆ ਬਸ ਕਰ ਹਸਣੇ ਗੱਲ ਕੀਤੀ ਨਹੀਂ ਐਵੇਂ ਹੈ ਹਕੂਮਤ ਨਿਰਭਰ ਕਰਤੀ ਹੈ ਤਾਕਤ ਔਰ ਤਤਵੀਰ ਪਰ ਬੇਵਕੂਫ ਹੈ ਉਹ ਜੋ ਭਰੋਸਾ ਕਰਤੇ ਹੈ ਹਾਥੋਂ ਕੀ ਲਕੀਰ ਪਰ ਆਏ ਹਾਏ ਹਾਏ ਹੋਰ ਵੀ ਹੁੰਦਾ ਹੈ ਇਹ ਸ਼ੇਰ ਸਰਜੀਤ ਪਾਤਰ ਇਹ ਹੀ ਮੈਂ ਤੈਨੂੰ ਪੁੱਛਣਾ ਵੀ ਜਿਹੜੇ ਸ਼ੇਰ ਤੁਸੀਂ ਰਾਵਣ ਨੂੰ ਦਿੰਦੇ ਰਾਵਣ ਸਰਜੀਤ ਪਾਤਰ ਆ ਉਹਨੇ ਕਦੋਂ ਲਿਖੇ ਉਹ ਚੀਜ਼ ਬੁਲਾਇਆ ਕਰੋ ਜਿਹੜੀ ਚੀਜ਼ ਮਤਲਬ ਲਿਖੀ ਆ ਕਦੋਂ ਪੜ੍ਹੀ ਆ ਗ੍ਰੰਥਾਂ ਚੋਂ ਆਪਣੇ ਸੁਣਾਓ ਮੈਂ ਵੀ ਕੋਈ ਬਹਿਰੂਪੀ ਆ ਗਿਆ ਆਪ ਲੀਲਾ ਇਹ ਲੋਕ ਚਾਹੁੰਦੇ ਆ ਦਸਹਿਰਾ ਹੋਵੇ ਨਾ ਉਹ ਹੈਲੋ ਅਸੀਂ ਕਹਿੰਦੇ ਜਮ ਜਮ ਕਰਾਓ ਦੁਸਹਿਰਾ ਮੈਂ ਤੇ ਪਹਿਲਾਂ ਵੀ ਕਹਿ ਕੇ ਹਟਿਆ ਮੈਡਮ ਜੀ ਨਹੀਂ ਪਰ ਦੇਖ ਦੁਸਹਿਰਾ ਕਰਾਓ ਲੋਕਾਂ ਨੂੰ ਪਤਾ ਲੱਗਦਾ ਕਿ ਇਹਦੀ ਧੀ ਭੈਣ ਛੇੜ ਤੇ ਅਗਲਾ ਹਾਲ ਕੀ ਕਰਦਾ ਹਾਂ ਪਰ ਤੁਸੀਂ ਇਹ ਦੱਸੋ ਵੀ ਹੁਣ ਲੋਕੀ ਤੁਹਾਡੇ ਧੀਆ ਭੈਣਾਂ ਛੇੜ ਨੂੰ ਹਟ ਗਏ ਹੋਰ ਰਾਵਣ ਮੁੱਕ ਗਏ ਤੁਹਾਡੇ ਨਹੀਂ ਹੁਣ ਤੁਹਾਡੇ ਖਬਰਾਂ ਚੰਗੀਆਂ ਆਉਣ ਲੱਗ ਪਈਆਂ ਕਿਸੇ ਦੀ ਧੀ ਭੈਣ ਨਾਲ ਕੋਈ ਗਲਤ ਨਹੀਂ ਹੋਣ ਡਿਆ ਉਹਨਾਂ ਦੇ ਫੂਕੋ ਹਰ ਸਾਲ ਮੈਨੂੰ ਤੁਸੀਂ ਟੰਗ ਦਿੰਦੇ ਹੋ ਦੱਸੋ ਮੇਰੇ ਪਟਾਕੇ ਪਾਉਂਦੇ ਹੋ ਤੁਸੀਂ ਗਲਤੀ ਕੀਤੀ ਸੀ ਤਾਂ ਹੀ ਟੰਗਿਆ ਤੈਨੂੰ ਗਲਤੀ ਕੀਤੀ ਸੀ ਤੂੰ ਗਲਤੀ ਕੀਤੀ ਸੀ ਗਲਤੀ ਮੈਂ ਤੁਹਾਨੂੰ ਦੱਸਿਆ ਤੇ ਯਾਰ ਰਾਮ ਭਗਵਾਨ ਨੇ ਮੈਨੂੰ ਸਜ਼ਾ ਦੇਤੀ ਤੁਸੀਂ ਕੌਣ ਦੇ ਸਿਰੇ ਦੀਆਂ ਖੱਚਾਂ ਯਾਰ ਲਾਲਾ ਜੀ ਪਹਿਲਾਂ ਮੈਡਮ ਜੀ ਤੁਹਾਨੂੰ ਮੈਂ ਦੱਸਾਂ ਪਹਿਲਾਂ ਫਿਰ ਵੀ ਸਾਡਾ ਰੁਤਬਾ ਸੀ ਕੋਈ ਸੌ ਸੌ ਫੁੱਟੇ 200 ਫੁੱਟੇ ਰਾਵਣ ਬਣਦੇ ਸੀ ਸਾਨੂੰ ਵੀ ਉੱਤੋਂ ਕੋਈ ਜ਼ਿਆਦਾ ਮਤਲਬ ਹੁੰਦਾ ਨੀ ਵੀ ਯਾਰ ਕੋਈ ਨੀ ਦਹਿਸ਼ਤ ਸਟੈਂਡਰਡ ਹੈਗਾ ਹਾਂ ਹੁਣ 30-30 ਰੁਪਇਆ ਪਾ ਕੇ ਮਹੱਲਿਆਂ ਦੇ ਵਿੱਚ ਦੋ ਦੋ ਫੁੱਟੇ ਰਾਵਣ ਬਣਾਏ ਆ ਉਹ ਮਾਮਾ 6 ਫੁੱਟ ਤੇ ਅੰਮ੍ਰਿਤ ਮਾਣਿਆ ਉਹ ਸਿੰਗਰ ਆ ਉਹ ਜੋ ਮਰਜ਼ੀ ਹੈ ਮਰਜ਼ੀ ਸਾਰ ਤੋਂ ਵੱਡਾ ਥੋੜੀ ਆ ਜੀ ਤੁਸੀਂ ਗਾਓ ਤੇ ਸਾਰੇ ਤੁਹਾਡੇ ਨਾਲ ਕੋਰਸ ਕਰੋ ਗੁੱਡੀ ਤੂੰ ਈਜੀ ਲੈ ਰਹੀ ਆ ਈਜੀ ਲੈ ਰਹੀ ਆ ਤੈਨੂੰ ਪਤਾ ਨਹੀਂ ਵੀ ਜਦੋਂ ਤੈਨੂੰ ਅਸੀਂ ਸਰਫ ਐਕਸਲ 'ਚ ਲਿਆ ਨਾ ਫਿਰ ਤੈਨੂੰ ਪਤਾ ਲੱਗਣਾ ਕਿ ਇਹਨੂੰ ਈਜੀ ਕਿੱਦਾਂ ਲਈਦਾ ਨਹੀਂ ਪਰ ਮੈਨੂੰ ਕਿਹੋ ਜਿਹਾ ਰਾਵਣ ਇਹਨੂੰ ਟਰਨਿੰਗ ਪਾਊਡਰ ਦਾ ਵੀ ਪਤਾ ਹੈ ਮੈਨੂੰ ਅਸਲੀ ਨਹੀਂ ਲੱਗਦਾ ਉਹ ਆਵਾਜ਼ ਨਹੀਂ ਭਾਰੀ ਹੱਸੇ ਨਹੀਂ ਉੱਚੀ ਹੱਸਣ ਨੂੰ ਮੈਂ ਭਾਰੀ ਵਾਚ ਉਹ ਮੈਂ ਨਵਜੋਤ ਸਿੰਘ ਸਿੱਧੂ ਆ ਨਹੀਂ ਪਰ ਭਾਰੀ ਵਾਚ ਪਰ ਦੱਸੀ ਜਾਣਾ ਬਾਰ ਬਾਰ ਇੱਕੋ ਗੱਲ ਯਾਰ ਕਮਾਲ ਕਰੀ ਜਾਂਦੇ ਤੁਸੀਂ ਲੋਕ ਨਹੀਂ ਨਹੀਂ ਮੈਂ ਜੀ ਇਹ ਅੱਜ ਸ਼ਹਿਰ ਨੂੰ ਕਹਿੰਦੇ ਆ ਕੱਲ ਨੂੰ ਕਹਿੰਦਾ ਰਾਮਲੀਲਾ ਨਾ ਕਰਾਓ ਐਡੀ ਵਧੀਆ ਰਾਮਲੀਲਾ ਕਰਾਈਦੀ ਆ ਰਾਮਲੀਲਾ ਕਰਾਓ ਮੈਂ ਨਹੀਂ ਕਹਿੰਦਾ ਰਾਮਲੀਲਾ ਨਾ ਕਰਾਓ ਪਰ ਉਹ ਚ ਕਾਂਟਾ ਲੱਗਾ ਪਾਉਣ ਨੂੰ ਕਹਿੰਦੇ ਕਿਹਾ ਵੀ ਇਹ ਗੱਲ ਤਾਂ ਮੈਂ ਵੀ ਦੇਖੀ ਗਾਣੇ ਹੀ ਲੱਗ ਲੱਗ ਦੱਸੋ ਮੈਨੂੰ
जे ना अज इन्हों रिटायरमेंट च कल कह तू जेठ का दुपहर नहीं मैं सौड़ा महीना ਰਾਤੀ ਮਿਲਣਾ ਆਈ ਮੈਂ ਪਿੰਡ ਪਹਿਰਾ ਲਾ ਕੇ ਵੀ 11 ਦੇ ਵੇੜੇ ਚ ਛਣਕਾ ਜੱਟ ਦੇ ਮੈਨੂੰ ਇਹ ਦੱਸੋ ਇਹ ਕਿਹੜੀ ਤੁਸੀਂ ਮੰਨੋ ਕਿ ਇਹ ਲੋਕਾਂ ਨੂੰ ਇਕੱਠੇ ਕਰਨ ਮਨੋਰੰਜਨ ਕਰਨਾ ਹੀ ਪੈਂਦਾ ਜਿਹੜਾ ਤਲਵਾਰ ਵੇਖੀ ਮੈਂ ਤੈਨੂੰ ਨਾ ਇਕੱਠਿਆਂ ਕਰਦਾ ਵੇ ਰਾਵਣ ਜੀ ਤੁਹਾਨੂੰ ਤਾਂ 10 ਸਿਰਾਂ ਦੀ ਮੌਜ ਹੀ ਬੜੀ ਹੋਣੀ ਆ ਤੁਸੀਂ ਰੱਖ ਲਓ ਮੈਨੂੰ ਨਹੀਂ ਚਾਹੀਦਾ ਤੁਹਾਨੂੰ ਪਤਾ ਹੀ ਆ ਮੈਨੂੰ ਕਿੰਨੀ ਕੁ ਮੌਜ ਆ ਗੇਟ ਦੇ ਵਿੱਚੋਂ ਕਿੱਦਾਂ ਨਿਕਲਿਆ ਮੈਂ ਲੈ ਉਹਨਾਂ ਦਾ ਉਹਨਾਂ ਰੋ ਬਿਕੋ ਮੂਨਾ ਜਿੰਨਾ ਤੇਰੇ ਦਸਾਂ ਮੂਨਾ ਨੇ ਹੈਗਾ ਆਫਿਸ ਚ ਸ਼ਟ ਅਪ ਮਾਈਂਡ ਯੂਰ ਲੈਂਗੁਏਜ ਨਹੀਂ ਪਰ ਮੌਜ ਤਾਂ ਹੈਗੀ ਆ ਦਿਮਾਗ 10 ਸਿਰਾ ਜਿੰਨਾ ਜੇ ਤੇਰੀ ਜ਼ਬਾਨ ਖੁੱਲੀ ਇਧਰ ਕਿਰਪਾਨ ਖੁੱਲ ਜਾਣੀ ਤੈਨੂੰ ਨਹੀਂ ਕਹਿਣਾ ਗੁੱਡੀ ਇਹਨੂੰ ਕਹਿਣਾ ਅੱਛਾ ਰਾਵਣ ਹਾਂ ਤੂੰ ਕੀ ਕਹਿੰਦੀ ਮੈਂ ਕਿ ਮੌਜ ਬੜੀ ਸਿਰਾਂ ਦੀ ਮੌਜ ਛਿੱਕੂ ਆ ਗੁੱਡੀ ਮਾੜੇ ਵਿਆਹ ਜਿੰਨਾ ਰਾਸ਼ਨ ਖਾ ਜਾਂਦੇ ਨੇ ਸਾਰੇ ਆ ਜਿਹੜਾ ਤਾਂ ਬੜਾ ਚਾਰੂ ਹੀ ਕਿਹੜੇ ਵਾਲਾ ਆ ਆ ਇਹਨੂੰ ਚਾਹੀਦੇ ਮਨਚੂਰੀ ਨਹੀਂ ਹੋਰ ਕੀ ਤੇ ਆ ਪਾਸ ਦੇ ਤੋਂ ਬੜਾ ਗੱਲ ਹੀ ਕਰਦਾ ਅੱਛਾ ਠੀਕ ਆ ਜਾਣਾ ਅੱਧੀ ਦਿਹਾੜੀ ਅੱਧੀ ਦਿਹਾੜੀ ਮੇਰੀ ਇਹਨਾਂ ਨੂੰ ਬੁਰਸ਼ ਕਰਾਉਂਦੇ ਆ ਲੰਘ ਜਾਂਦੀ ਆ ਲੈ ਤੂੰ ਬੁਰਸ਼ ਕਰ ਕਰਾਉਣਾ ਹੀ ਪੈਂਦਾ ਦੱਸ ਅੱਧੀ ਦਿਹਾੜੀ ਬੁਰਸ਼ ਕਰਾਉਂਦੇ ਨਾ ਅੱਧੀ ਜਿਮ ਚ ਲੰਘ ਜਾਂਦੀ ਆ ਜਿਮ ਵੀ ਜਾਂਦੇ ਆ ਸ਼ੋਲਡਰ ਲਾਈ ਦੇ ਨਾ ਓ ਦਾਦਾ ਸਿਰ ਚੁੱਕ ਘੁੰਮਣਾ ਸੌਖਾ ਪਿਆ ਕਿਤੇ ਬਸ ਸ਼ੋਲਡਰ ਤਾਂ ਇੱਕ ਦਾ ਹੀ ਆ ਸ਼ੋਲਡਰ ਇੱਕ ਦਾ ਹੀ ਆ ਇਹਨਾਂ ਦੇ ਉੱਤੇ ਹੀ ਸਾਰਿਆਂ ਦਾ ਭਾਰ ਆ ਗੱਲਾਂ ਤੂੰ ਕਰਨ ਡਈ ਆ ਇਹਦੇ ਨੁਕਸਾਨ ਬਹੁਤ ਨੇ ਕੀ ਨੁਕਸਾਨ ਹੈਲਮਟ ਦਾ ਚਲਾਣ ਹੈ ਇਹ ਤੇ ਵੱਟ ਤੇ ਹੀ ਆ ਨਾ ਭਾਵੇਂ ਜਿੱਥੇ ਮਰਜੀ ਹੋਵਾਂ ਮੈਂ ਉਹ ਦਾਦਾ ਹੈਲਮਟ ਕਿੱਥੋਂ ਲਈ ਫਿਰਾਂ ਮੈਂ ਨਹੀਂ ਪਰ ਤੁਸੀਂ ਬਾਈਕ ਤੇ ਜਾਂਦੇ ਹੋ ਉਹ ਜਿੱਤੇ ਵੀ ਜਾਣਾ ਵਾ ਪੁਲਿਸ ਤਾਂ ਤੈਨੂੰ ਪਤਾ ਚੱਪੇ ਚੱਪੇ ਤੇ ਆ ਪੰਜਾਬ ਵਿੱਚ ਸਰਕਾਰ ਕਿਦੀ ਹੈ ਪਤਾ ਨਹੀਂ ਤੈਨੂੰ ਭੱਦੇ ਦੀ ਸਰਕਾਰ ਆ ਮੇਰਾ ਨੁਕਸਾਨ ਹੀ ਬਹੁਤ ਆ ਨਾ ਮੈਂ ਬੱਸ 'ਚ ਬਹਿ ਸਕਦਾ ਬੱਸ 'ਚ ਮੋਟਰਸਾਈਕਲ ਤੇ ਕਿੱਦਾਂ ਬਹਿ ਸਕਦਾ ਉੱਥੇ ਦੋ ਬੰਦੇ ਲਾਉਡ ਹੈ ਓਏ ਹੈਲੋ ਇਹ ਦੱਸ ਲਈ ਫਿਰਦਾ ਤੂੰ ਮੋਟਰਸਾਈਕਲ ਤੇ ਮੈਂ ਕੋ ਗਲਤ ਬੋਲਣ ਨੇ ਮੈਂ ਦੱਸਾਂ ਤੇ ਡਿਆ ਉੱਤੇ ਮੇਰਾ ਚਲਾਣ ਹੁੰਦਾ ਤੂੰ ਬੱਸ 'ਚ ਜਾਇਆ ਕਰੋ ਲੋਕਾਂ ਦਾ ਟ੍ਰਿਪਲਿੰਗ ਦਾ ਹੁੰਦਾ ਮੇਰਾ ਦਸਲਿੰਗ ਦਾ ਹੁੰਦਾ ਬੱਸ 'ਚ ਜਾਓ ਨਾ ਬੱਸ ਦੇ ਵਿੱਚ ਮਾਰਦਾ ਤੂੰ ਆ ਮੈਨੂੰ ਸਿੱਧੀ ਸਵਾਰੀ ਨਹੀਂ ਚੜ ਸਕਦੀ ਬੱਸ ਐਡੀ ਤੇਜ਼ ਭਜਾਉਂਦੇ ਹੋ ਪਿੱਛੇ ਬੈਠਿਆ ਕਰੋ ਪਿੱਛੋ ਪਿੱਛੇ ਹੁੰਦੀ ਮਜ਼ਾਕ ਪਿੱਛੇ ਬਹਿ ਗਏ ਐਂਡ ਵਾਲੀ ਸੀਟ ਓਏ ਮੈਨੂੰ ਗੱਲ ਸੁਣ ਮੈਨੂੰ ਗੱਲਾਂ ਚ ਨਾ ਉਲਝਾ ਜਿਹੜਾ ਮੈਂ ਮੁੱਦੇ ਦੀ ਗੱਲ ਕਰਨਾ ਉਹ ਕਰ ਮੈਨੂੰ ਮੈਨੂੰ ਉਲਝਾ ਨਾ ਅਸੀਂ ਰਾਮਲੀਲਾ ਵਧੀਆ ਕਰਾਈਦੀ ਆ ਤੂੰ ਨਸਕਾ ਸਾਨੂੰ ਤੂੰ ਨਸਕਾ ਸਾਨੂੰ ਤੂੰ ਨਸਕਾ ਅਸੀਂ ਇੰਨੇ ਸਾਲ ਤੱਕ ਰਾਮਲੀਲਾ ਕਰਾਉਂਦੇ ਮੈਂ ਕਿ ਮੇਰੇ ਰਾਵਣ ਦੇ ਤੋਂ ਜ਼ਿਆਦਾ ਰੂਪ ਹੈ ਮਰਜੀ ਢਿੱਡਲ ਜਾ ਬੰਦਾ ਲੱਭ ਕੇ ਉਹਨੂੰ ਰਾਵਣ ਬਣਾਉਂਦੇ ਉਹ ਰਾਵਣ ਆ ਮੈਂ ਬਿਗ ਸ਼ੋ ਆ ਬਿਗ ਰੈਸਲਿੰਗ ਵਾਲਾ ਬਿਗ ਸ਼ੋ ਮੇਰੇ ਮੈਡਮ ਜੀ ਪੈਕ ਵੀ ਹੈਗੇ ਨੇ ਤੁਹਾਨੂੰ ਮੈਂ ਦੱਸਾਂ ਮੈਂ ਕਿ ਜਦੋਂ ਡਾਇਲੌਗ ਬੋਲਦਾ ਲੋਕੀ ਥਰ ਥਰ ਕੰਬਦੇ ਨੇ ਇਹ ਤਾਂ ਬਾਜੀ ਨਹੀਂ ਹੈਗੀ ਯਾਰ ਰਾਵਣ ਦੀ ਉਹ ਹੈਲੋ ਰਾਵਣ ਨੂੰ ਬੋਲਣ ਦੀ ਲੋੜ ਹੀ ਨਹੀਂ ਸੀ ਪੈਂਦੀ ਤੈਨੂੰ ਮੈਂ ਦੱਸਾਂ ਐਡਾ ਰੁਤਬਾ ਸੀ ਇਹ ਵੀ ਗੱਲ ਤੂੰ ਤਾਂ ਰਾਵਣ ਕਿਲ-ਕਿਲ ਕੇ ਜਲੀਲ ਕੀਤਾ ਪਿਆ ਤੂੰ ਉਹ ਐਡਾ ਵਧੀਆ ਐਕਟਰ ਹੈ ਮੈਨੂੰ ਮਰਜੀ ਕੁਝ ਕਹਿਣਾ ਪੈ ਜਾਓ ਰਾਵਣ ਦਾ ਹੈ ਰਾਵਣ ਦੇ ਨਾਂ ਤੋਂ ਚਾਲੂ ਸੀ ਦੁਨੀਆ ਤੇਰਾ ਜਲੂਸ ਕੱਢਿਆ ਪਿਆ ਮੇਰਾ ਉਹ ਪਤਾ ਕਿੰਨਾ ਵਧੀਆ ਐਕਟਰ ਹੈ ਐਕਟਰ ਤਾਂ ਟੈਡ ਵੀ ਘਟਾ ਉਹਦਾ ਕਿਦੋਂ ਹਵਾਈ ਚੋਕੇ ਰਾਵਣ ਬਣਾਉਂਦੇ ਹੋ ਤੁਸੀਂ ਲੈ ਕੈਰੈਕਟਰ ਦੀ ਡਿਮਾਂਡ ਵਿੱਚ ਕੋਈ ਚੀਜ਼ ਹੁੰਦੀ ਹੈ ਉਹ ਡਿਮਾਂਡ ਹੁੰਦੀ ਹੈ ਰਾਵਣ ਦੀ ਢਿੱਡਲੀ ਜਿਹੜਾ ਮੈਡ ਜੀ ਲੋਕਾਂ ਦੇ ਗਾਰਡਰ ਚੁੱਕਦਾ ਫਿਰਦਾ ਵਾ ਸਿਲੰਡਰ ਚੁੱਕਦਾ ਫਿਰਦਾ ਉਹ ਤੋਂ ਸਜੀਵਣੀ ਚਕਾਈ ਹੁੰਦੀ ਹੈ ਇਹਨਾਂ ਨੇ ਕੋ ਬੰਦੇ ਦਾ ਕੈਰੈਕਟਰ ਸਰਟੀਫਿਕੇਟ ਵੇਖ ਕੇ ਉਹਨੂੰ ਰੋਲ ਦਿਆ ਕਰੋ ਮੈਡ ਜੀ ਡੋਪ ਟੈਸਟ ਕਰਾ ਕਦੀ ਬੰਦਿਆਂ ਦਾ ਉਹਨੇ ਲੀਡਰ ਨਹੀਂ ਦਾਰੂ ਪੀਂਦੇ ਜਿਹਨੇ ਤੁਹਾਡੇ ਕੈਰੈਕਟਰ ਪੀਣ ਦੇ ਹੁੰਦੇ ਕਦੀ ਕਦੀ ਲਾਲਾ ਜੀ ਕੋਈ ਸ਼ਰਮ ਕਰੋ ਤੇਰੇ ਮਾਤਾ ਸਾਹਿਬ ਮੈਂ ਕਿਰਪਾਨ ਕੱਢ ਲਈ ਦਾ ਮੈਂ ਨਹੀਂ ਨਹੀਂ ਰਾਮ ਜੀ ਇਹ ਮੈਨੂੰ ਲੱਗਦਾ ਕੋਈ ਹੋਰ ਹੀ ਬੰਦਾ ਇਹ ਚਾਹੁੰਦੇ ਸਾਡੀ ਰਾਮਲੀਲਾ ਸਾਡੀ ਰਾਮਲੀਲਾ ਪਤਾ ਕਿੰਨੀ ਫੇਮਸ ਹੈ ਫੇਮਸ ਹੈ ਰਾਮਲੀਲਾ ਤੁਹਾਡੀ ਫੇਮਸ ਹੈ ਕੱਲਾ ਕੱਲਾ ਡਾਇਲੌਗ ਸੁਣਦੀ ਲੋਕੀ ਕੱਲਾ ਕੱਲਾ ਡਾਇਲੌਗ ਸੁਣਦੇ ਆ ਰਾਵਣ ਨੂੰ ਨਾ ਰਾਵਣ ਨੂੰ ਮੈਡ ਜੀ ਚਾਰ ਵੇਦ ਜਿਹੜੇ ਯਾਦ ਸੀ ਕੰਠ ਸੀ ਇਹਨਾਂ ਦੇ ਬੰਦਿਆਂ ਨੂੰ ਸਕ੍ਰਿਪਟ ਨਹੀਂ ਯਾਦ ਹੁੰਦੀ ਇੱਕ ਪਰਦੇ ਦੇ ਪਿੱਛੇ ਖਲੋ ਕੇ ਦੱਸਣ ਦੇ ਹੁੰਦਾ ਅਗਲੀ ਲੈਣਾ ਲਾਲਾ ਜੀ ਰਾਜਾ ਦਸ਼ਰਥ ਮੈਨੇ ਕਹਾ ਥਾ ਨਾ ਨਾਲ ਹੀ ਉਹ ਰਿਪੀਟ ਕਰਦਾ ਰਾਜਾ ਦਸ਼ਰਥ ਮੈਨੇ ਕਹਾ ਥਾ ਨਾ ਇੱਕ ਦਿਨ ਉਹਨੂੰ ਫੋਨ ਆ ਗਿਆ ਕਹਿੰਦਾ ਚੰਗਾ ਡਾਰਲਿੰਗ ਮੈਂ ਬਾਅਦ ਚ ਕਰਦਾ ਉਹ ਵੀ ਕਹਿੰਦਾ ਚੰਗਾ ਡਾਰਲਿੰਗ ਮੈਂ ਬਾਅਦ ਚ ਕਰਦਾ ਲਾਲਾ ਜੀ ਆ ਤੇ ਹਾਲਾਤ ਨੇ ਇਹਨਾਂ ਦੇ ਰਾਮਲੀਲਾ ਕਰਾਉਣ ਦੇ ਆਏ ਮੈਨੂੰ ਪਤਾ ਕਿੰਨਾ ਰਾਸ਼ਨ ਇਹ ਦੀਆਂ ਗੱਲਾਂ ਚ ਕਿੱਥੇ ਆਉਂਦੀਆਂ ਹਾਂ ਇਹ ਇਹ ਸੁਣਦਾ ਕੌਣ ਹੈ ਇਹ ਆਪ ਗੰਦਾ ਗਲਤ ਹੈ ਹੈਲੋ ਮੇਰੀ ਗੱਲ ਸੁਣ ਲੈ ਜਿਆਦਾ ਪੰਜਾਬ ਪੁਲਿਸ ਨਾ ਵੜ ਪੰਜਾਬ ਪੁਲਿਸ ਤੋਂ ਬੜੇ ਦੁਖੀ ਹੈ ਮੈਂ ਜੀ ਕਿਉਂ ਕਿ ਲੀਡਰ ਦਾ ਪੁਤਲਾ ਫੂਕਣ ਨਾ ਹੈਨਾ ਤੇ ਡਾਂਗਾ ਮਾਰਦੀ ਆ ਪੁਲਿਸ ਜਦੋਂ ਮੇਰਾ ਪੁਤਲਾ ਫੂਕਣ ਲੱਗਦਾ ਕੋਈ ਘੇਰਾ ਪਾ ਕੇ ਖੜ ਜਾਣਗੇ ਵੀ ਰਾਵਣ ਭੱਜ ਨਾ ਜਾਵੇ ਪੁਤਲਾ ਵੀ ਭੱਜ ਜਾਊਗਾ ਤੇ ਕਰਤੂਤਾਂ ਪਹਿਲਾਂ ਨਹੀਂ ਕਰਨੀਆਂ ਸਿੱਧਾਰੀਆਂ ਮੈਂ ਜੀ ਮੈਂ ਤੁਹਾਨੂੰ ਦੱਸਦਾ ਥੋੜੇ ਪਰੇ ਹੋ ਕੇ ਬੈਠੋ ਉਹ ਉਧਰ ਲੰਮੂ ਨਾ ਤੁਹਾਨੂੰ ਦੋ ਰਿਆ ਦੇਖਿਆ ਨਹੀਂ ਹੈਲੋ ਰਾਵਣਿਆ ਤੂੰ ਨਹੀਂ ਆ ਇਹ ਲਾਲਾ ਜੀ ਤੂੰ ਜਿਹੜਾ ਚਾਰ ਰੱਖਣਾ ਵੇਂਦਾ ਨਾ ਤੈਨੂੰ ਮੈਨੂੰ ਪਤਾ ਮੈਨੂੰ ਤੇਰੀ ਗੰਦੀ ਨਿਗਾਹ ਦਾ ਨਹੀਂ ਉਹ ਦੇਖਦਾ ਮੇਰੇ ਵੱਲ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੇ ਤੁਹਾਡੇ ਮੂੰਹ ਦੀ ਗੱਲ ਕਰ ਰਹੀ ਹੈ
मेरी नहीं कर रही। ओ, मेरा मुंह ना खिलाओ, मेरा मुंह ना खिला। मैं दस तू अपने कुत्ते काम बंद कर ले कि नहीं कर ले। कुर्सियां दे चक्कर च कुर्सी ते बैठ नूं पता ओ नहीं मिलनी तेनूं। तेनूं कोई ग्राही नहीं दिंदा, तेनूं वोट किहने देनी है तेनूं। बंदा बन जा बंदा, तेनूं मैं दसां। इह गल ते मैं अपनी जनानी नाल शेयर नहीं कीती, इहनूं कित्थे पता लग गई। रावण ने काल पावे बनिया सुनिया वा बंदे नूं रावण दा रोल दिंदे जिन्हूं आप लोगों ने खंभे नाल बनिया हो दो दिन पहले। सारे नी बिचो कई कई इहदे वर्गे जिहड़े रामानंद सागर ने मैडम जी जिहड़ी रामायण बनाई सी ना ओह साडा ही वेखण जी करदा सी। उत्ते वेखी दी यार है गल यार, उत्ते वेखी दी लै उत्ते वेखणी। तुहाडे घरे आ के वेखणी कमाल करी जाण दे। आ जिहड़ी आदि पुरशी आ तुहानूं मैं दस्सां, इह ते जिन्हां बनाई उहनां ने वेखी। इह मैडम जी मेरे कदे हत्थे चढ़दा वे, इह डायरेक्टर दे थपड़े सिटणे सिटणे ਸੈਫਲੀ ਖਾਨ ਦੇ ਜਲਦੀਆਂ ਪੈਣੀਆਂ ਜੀ। ਕਿਉਂ ਸੈਫਲੀ ਖਾਨ ਦੇ? ਕਿਉਂ ਵਧੀਆ ਐਕਟਰ ਜੀ, ਉਹਨੇ ਮੈਨੂੰ ਚੰਗੇ ਭਲੇ ਰਾਵਣ ਨੂੰ ਵੈਡਿੰਗ ਵਾਲਾ ਬਣਾ ਸੁੱਟਿਆ ਨੇ ਗੱਲ ਆ ਵੈਲਡਿੰਗ ਵਾਲਾ ਬਣਾ। ਹੱਦ ਹੁੰਦੀ ਕਿ ਇਹ ਚੀਜ਼ ਦੀ ਵੜਜੀ ਦੱਸੋ। ਲੈ ਉਹਨਾਂ ਨੇ ਕਿੰਨਾ ਵਧੀਆ ਦਿਖਾਇਆ, ਉਹ ਚਾਂਦ ਤਰੀਕਾਂ ਜਿਹੀ ਨਹੀਂ ਉਹਦੀ ਦਿਖਾਈਆਂ ਉਹਨਾਂ ਨੇ। ਚਾਂਦ ਤਰੀਕ ਮੇ ਕੋ ਮੈਡਮ ਜੀ ਪੁਸ਼ਪ ਵਿਮਾਨ ਹੁੰਦਾ ਆਪਣਾ ਦੱਸੋ ਮੈਨੂੰ ਚੰਗੇ ਭਲੇ। ਪੁਸ਼ਪ ਸੀਗਾ ਤੈਨੂੰ ਆਪਣੇ ਵਿਮਾਨ ਦੇ ਨਾਮ ਚਿੱਤੀ ਨਹੀਂ? ਓ ਯਾਰ ਮੈਨੂੰ ਪਤਾ ਵਾ, ਤੈਨੂੰ ਸਮਝ ਆ ਗਈ, ਸ਼ਾਰਟ ਨੇਮ ਰੱਖਿਆ ਵਾ। ਮੈਂ ਤੁਹਾਨੂੰ ਦੱਸਦਾ ਮੈਡਮ ਜੀ, ਮੈਨੂੰ ਚੰਗੇ ਭਲੇ ਰਾਵਣ ਨੂੰ ਬੈਟਮੈਨ ਬਣਾ ਛੱਡਿਆ ਉਹਦੇ ਵਿੱਚ ਬੈਟਮੈਨ। ਹੋਰ ਕੀ ਹੱਦ ਹੋ ਗਈ ਇਹਨਾਂ ਵਾਲੀ। ਟਰਾਲੀ ਦੇ ਨਾਲ ਪ੍ਰਦੂਸ਼ਣ ਪੈਦਾ ਹੁੰਦਾ, ਮੇਰੇ ਵਿੱਚ ਇਹਨਾਂ ਰੂਪ ਆਇਆ ਹੁੰਦਾ ਨਹੀਂ ਪਟਾਕੇ। ਸਾਡਾ ਰਾਵਣ ਜੋ ਦਸ ਦਸ ਫੁੱਟ ਅੱਗ ਉੱਪਰ ਜਾਂਦੀ ਹੈ। ਮੈਡਮ ਜੀ ਤੁਸੀਂ ਥੋੜਾ ਜਿਹਾ ਪਰੇ ਕਰੋ, ਉਹ ਦੇਖੋ ਉਹ ਵਾਲਾ ਤੁਹਾਨੂੰ ਫੇਰ ਦੇਖਣ ਦਾ ਮੈਨੂੰ ਯਾਦ ਦਾ ਕੱਢਣੀ ਪੈਣੀ ਹੈ। ਨਹੀਂ ਰਾਵਣ ਜੀ ਹੱਦ ਹੋ ਗਈ ਤੇਰੇ ਵਾਲੀ, ਮੈਂ ਹੁਣ ਹੀ ਕੋ ਕਹਿਣਾ ਤੇ ਕੋ ਮੇਰਾ ਵਾਰ ਚੱਲਿਆ ਨਹੀਂ ਜਾਣਾ, ਤੂੰ ਹਟਣਾ ਨਹੀਂ ਰਿਹਾ ਚਵੜ ਚਵੜ ਕਰਨੋ। ਨਹੀਂ ਤਾਂ ਇਸੇ ਕਰਕੇ ਤਾਂ ਫੂਕਦੇ ਆ, ਫਿਰ ਨਾ ਦੇਖੋ ਇੱਧਰ ਨੂੰ। ਤੈਨੂੰ ਮੈਂ ਦੱਸਾਂ ਤੇਰੇ ਚੋਂ ਮੈਨੂੰ ਮੇਰੀ ਭੈਣ ਨਜ਼ਰ ਆਉਂਦੀ ਕਹਿੰਦੀ ਨਾ, ਉਹ ਗਲਤੀ ਮਾਰਦੀ ਸੀ ਨਾ ਤੂੰ। ਓਏ ਤੇਰੇ ਕਹਿਣ ਦਾ ਮਤਲਬ ਜੀ ਮੈਡਮ ਦੀ ਸ਼ਕਲ ਮਿਲਦੀ ਆ ਸ਼ਰੂਪ ਨਾਲ ਕਹਿੰਦਾ ਤੂੰ ਉਹਨੂੰ ਭੁੱਲ ਜਾ। ਜਿਹਨੇ ਕਦੀ ਕੁੱਤੇ ਨੂੰ ਸੋਟੀ ਨੀ ਮਾਰੀ ਹੁੰਦੀ ਨਾ, ਉਹਨੂੰ ਤੀਰ ਮਾਰਦੀ ਬੁਲਾ ਲੜਗੇ। ਲਾਲਾ ਜੀ ਮਰਨ ਤੋਂ ਬਾਅਦ ਮੈਡਮ ਜੀ ਮੇਰੀ ਹੱਡੀਆਂ ਨੀ ਛੱਡਦੇ ਲੋਕੀ, ਉਹ ਕਹਿੰਦੇ ਬੁਰਾਈ ਨੀ ਘਰੇ ਆਉਂਦੀ। ਬੁਰਾਈ ਨੀ ਹੁੰਦੀ, ਦਾਦੇ ਪੜਦਾਦੇ ਦੇ ਦੂਜੇ ਦਿਨ ਤਾਰ ਆਉਂਦੇ, ਉਹ ਵੀ ਰੱਖਿਆ ਕਰੋ ਘਰੇ, ਉਹ ਬੁਰਾਈ ਹੈ ਨਹੀਂ? ਉਹ ਕਿਉਂ ਫਿਰ ਨਸ਼ੀ? ਲਾਲਾ ਜੀ ਤੁਸੀਂ ਦੋ ਜਵਾਬ, ਮੈਂ ਕਿਉਂ ਦਵਾਂ? ਮੈਨੂੰ ਤਾਂ ਲੱਗਦਾ ਜਾਲੀ ਜੇ ਬੰਦਾ ਬਿਠਾ ਲਿਆ ਤੁਸੀਂ। ਬੋਲ ਤੈਨੂੰ ਮੈਂ ਦੱਸਾਂ, ਨਹੀਂ ਨਹੀਂ ਤੇ ਇਹੋ ਜਿਹੀ ਹਰਕਤ ਨਹੀਂ ਕਰਨੀ ਸੀ, ਇਸੇ ਕਰਕੇ ਫੂਕ ਦੇ ਤੈਨੂੰ। ਨਹੀਂ ਆ ਜਿਹੜੇ ਸੰਸਦ ਦੇ ਵਿੱਚ 200 ਤੋਂ ਵੱਧ ਬੰਦਿਆਂ ਤੇ ਬਲਾਤਕਾਰ ਦੇ ਕੇਸ ਦਰਜ ਨੇ, ਹੈ ਇਹ ਰਾਵਣ ਦੀ? ਮੈਂ ਇਕੱਲਾ ਰਾਵਣ ਆ, ਤੈਨੂੰ ਮੇਰੀ ਗੱਲ ਖਾਨੇ ਪਈ ਨਹੀਂ ਆ, ਵੀ 19 ਮਿੰਟਾਂ ਦਾ ਮੈਨੂੰ ਬੋਲਦੇ ਨੂੰ ਹੋ ਗਏ, ਤੈਨੂੰ ਸਮਝ ਨਹੀਂ ਆਈ ਗੱਲ ਚੱਲਦੀ? ਲਾਲਾ ਜੀ ਆ ਰਾਮ ਲੀਲਾ ਕਰਾਉਣੀ, ਚੱਜ ਨਾ ਕਰਾ, ਬੰਦਿਆਂ ਵਾਂਗੂ ਕਰਾ, ਚੰਗੇ ਬੰਦਿਆਂ ਨੂੰ ਰੋਲ ਦੇ, ਚੰਗੀ ਤਰੀਕੇ ਦੇ ਨਾਲ ਕਰਾ, ਗਾਣੇ ਗੁਣੇ ਕਾਂਟਾ ਕੂੰਡਾ ਲਗਾ ਜਿਹੜਾ ਨਾ, ਇਹਦੇ ਕਾਂਟੇ ਕੂੰਡੇ ਪਰੇ ਰੱਖ। ਕਮਾਲ ਕਰਨ ਡਿਆ ਤੂੰ, ਠੀਕ ਹੈ ਜੀ ਤੁਸੀਂ ਕਹਿ ਤਾ ਆਪਾਂ ਇੱਦਾਂ ਕਰਾ ਲਿਆ ਕਰਾਂਗੇ ਅੱਗੇ ਤੋਂ, ਆ ਦੱਸ ਦਿਓ ਬਾਕੀਆਂ ਨੂੰ। ਅੱਛਾ ਜੀ ਨਮਸਤੇ। ਪ੍ਰੋਗਰਾਮ ਤੁਸੀਂ ਦੇਖ ਹੀ ਲਿਆ ਅਤੇ ਰਾਵਣ ਜੀ ਦੀਆਂ ਗੱਲਾਂ ਬਾਤਾਂ ਵੀ ਸੁਣ ਲਈਆਂ, ਕਿੱਦਾਂ ਲੱਗੀਆਂ, ਕੀ ਸਹੀ ਕੀ ਗਲਤ, ਕਮੈਂਟ ਕਰਕੇ ਦੱਸਿਓ ਅਤੇ ਪ੍ਰੋਗਰਾਮ ਕਿਵੇਂ ਦਾ ਲੱਗਿਆ ਉਹ ਵੀ ਦੱਸਿਓ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈਨ ਨੂੰ ਦਿਓ ਇਜਾਜ਼ਤ, ਤੁਸੀਂ ਦੇ ਇੱਧਰੋਂ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਵਣ ਜੀ, ਚਲੇ ਵੀ ਗਏ ਹੈ ਤਾਂ ਸੱਚੀ ਹੋਈ ਸੀਗੇ।